ਚ ਚੋਰੀ ਦੀ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਚਾਹੇ ਪੁਲਿਸ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਆਪਾਂ ਚੋਰੀਆਂ ਉੱਪਰ ਠੱਲ ਪਾ ਰਹੇ ਹਾਂ ਪਰ ਇਸ ਵੇਲੇ ਆਪਾਂ ਸੁਜਾਨਪੁਰ ਦੇ ਕਬੀਰ ਨਗਰ ਏਰੀਆ ਦੇ ਵਿੱਚ ਖੜੇ ਹਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਜਗ੍ਹਾ ਦੇ ਉੱਪਰ ਜਿਹੜੀ ਇੱਕ ਮਰੂਤੀ 800 ਗੱਡੀ ਲੱਗੀ ਹੋਈ ਸੀਗੀ ਪਰ ਪਰਿਵਾਰ ਜਿਹੜਾ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀਗਾ ਪਰਿਵਾਰ ਦਾ ਕਹਿਣਾ ਕਿ ਜਿਹੜੀ ਕੁਛ 4 ਨੌਜਵਾਨਾਂ ਵੱਲ ਜਿਹੜੀ ਉਹਦੀ ਗੱਡੀ ਚੁਰਾ ਲਈ ਗਈ ਹੈ ਹੁਣ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਲੋਕਾਂ ਦਾ ਆਰੋਪ ਹੈ ਕਿ ਇਸ ਏਰੀਆ ਦੇ ਵਿੱਚ ਲਗਾਤਾਰ ਜਿਹੜਾ ਨਸ਼ਾ ਜੂਆ ਔਰ ਜਿਹੜੇ ਗਲਤ ਐਲੀਮੈਂਟਸ ਜਿਹੜੇ ਮੁੰਡੇ ਨੇ ਉੱਥੇ ਬੈਠੇ ਰਹਿੰਦੇ ਨੇ ਪ੍ਰਸ਼ਾਸਨ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਹੜੇ ਨਸ਼ੇ ਕਰਨ ਵਾਲੇ ਨੌਜਵਾਨ ਹੈ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਆਓ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਕਿਉਂਕਿ ਉਹਨਾਂ ਦਾ ਨੁਕਸਾਨ ਹੋਇਆ ਪਰਿਵਾਰ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਹੈ ਉਹਨਾਂ ਦਾ ਕਹਿਣਾ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਇਸ ਏਰੀਆ ਦੇ ਵਿੱਚ ਨਹੀਂ ਕੀਤੀ ਜਾਂਦੀ ਆਓ ਗੱਲਬਾਤ ਕਰਦੇ ਹਾਂ ਸੁਰਿੰਦਰ ਕੁਮਾਰ ਪਿਆਰਾ ਲਾਲ ਕਿਹੜਾ ਏਰੀਆ ਪੈਂਦਾ ਹੈ ਕਬੀਰ ਨਗਰ ਜੀ ਪ੍ਰਾਇਮਰੀ ਗਰਲ ਸਕੂਲ ਕੀ ਗੱਲਬਾਤ ਹੈ ਜੀ ਕੱਲ੍ਹ ਅਸੀਂ ਸਗਨ ਤੋਂ ਆਇਆ ਇੱਥੇ ਗੱਡੀ ਖੜੀ ਕੀਤੀ ਹੈ ਜੀ ਜੀ ਮਰੂਤੀ 800 ਜੀ ਉਹਦਾ ਨੰਬਰ ਹੈ ਜੀ PB02R3280 ਚਿੱਟਾ ਕਲਰ ਹੈ ਜੀ ਜੀ ਜਦ ਅਸੀਂ ਸਵੇਰੇ ਉੱਠੇ ਤਾਂ ਗੱਡੀ ਨਹੀਂ ਸੀ ਹਾਂਜੀ ਅਤੇ ਕੰਪਲੇਨ ਕੀਤੀ ਤੁਹਾਡੀ ਹਾਂਜੀ ਕੀਤੀ ਸਵੇਰੇ 8 ਵਜੇ ਅਤੇ ਕੋਈ ਫੁਟੇਜ ਵਗੈਰਾ ਸਾਹਮਣੇ ਆਈ ਹੈ ਕੋਈ ਕੈਮਰੇ ਦੇ ਕਿਤੇ ਕੈਮਰੇ ਪੁਲਿਸ ਵਾਲੇ ਗਏ ਉਹਨੇ ਕੀਤੀ ਹੋਣੀ ਮੈਂ ਨਹੀਂ ਕਹਿ ਸਕਦਾ ਜੀ ਕੀ ਮੰਗ ਕਰਦੇ ਪੁਲਿਸ ਸਾਨੂੰ ਗੱਡੀ ਮਿਲਣੀ ਚਾਹੀਦੀ ਜੀ ਬਸ ਜਿਵੇਂ ਚੋਰੀ ਦੀ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਮੋਟਰਸਾਈਕਲ ਹੋ ਰਿਹਾ ਹਾਂਜੀ ਚਿੱਟਾ ਵੱਧ ਰਿਹਾ ਜੀ ਇੱਥੇ ਲਾਹਣ ਏਰੀਆ ਵੱਧ ਰਿਹਾ ਜੀ ਨਸ਼ਾਪੱਤੀ ਬਹੁਤ ਜ਼ਿਆਦਾ ਵੱਧ ਰਿਹਾ ਇੱਥੇ ਸਾਡੇ ਕੋਲ ਠੀਕ ਹੈ ਇਹ ਕਰਨਾ ਚਾਹੀਦਾ ਹਾਂਜੀ ਠੀਕ ਹੈ ਸਾਡੇ 'ਚ ਕੋਈ ਦੀ ਆ ਗੱਡੀ ਮਿਲਣੀ ਚਾਹੀਦੀ ਆ ਠੀਕ ਹੈ ਹੁਣ ਜਿਹੜਾ ਦਿਖਾਇਆ ਉਹ 4 ਬੰਦੇ ਆਉਂਦੇ ਦੇ ਵਿੱਚ ਗੱਡੀ ਦੀ ਕਿੰਨੇ ਵਜੇ ਦੀ ਗੱਲ ਹੈ ਉਹੀ 9 ਵਜੇ ਦੀ 9:30 ਜਾਂ 9:30 ਦਾ ਟਾਈਮ ਰੱਖ ਲਓ ਇੰਨੇ ਕੁ ਵਜੇ ਦਾ ਟਾਈਮ ਪੁਲਿਸ ਵਗੈਰਾ ਦਾ ਕੋਈ ਪਹਿਰਾ ਇੱਧਰ ਹੈਗਾ ਕਿ ਨਹੀਂ ਕੁਛ ਵੀ ਨਹੀਂ ਕੱਖ ਵੀ ਨਹੀਂ ਕੋਈ ਪੁਲਿਸ ਨਹੀਂ ਆ ਰੇਲ ਵਾਲਿਆਂ ਨੇ ਕੱਖ ਵੀ ਨਹੀਂ ਇੱਥੇ ਲਾਗੇ ਕੋਈ ਹੈ ਹੀ ਨਹੀਂ ਕੁਛ ਇਹ ਚੋਰੀਆਂ ਹੁੰਦੀਆਂ ਤਾਂ ਫਿਰ ਆ ਜਾਂਦੇ ਮੁੰਡੇ ਮਾੜੇ ਚੁੱਕ ਕੇ ਲੈ ਜਾਂਦੇ ਇੱਦਾਂ ਕੋਈ ਵੀ ਨਹੀਂ ਇੱਥੇ ਲਾਇਆ ਉਹਨਾਂ ਨੇ ਕੋਈ ਹਿਸਾਬ ਕਿਤਾਬ ਕੋਈ ਬੰਦਾ ਕੋਈ ਚੌਂਕੀਦਾਰ ਕੋਈ ਪੁਲਿਸ ਵਾਲਾ ਕੱਖ ਵੀ ਨਹੀਂ ਕੁਛ ਵੀ ਨਹੀਂ ਮੇਰਾ ਨਾਮ ਜੋਗਿੰਦਰਪਾਲ ਹੈ ਜੀ ਸਾਡੇ ਵੱਡੇ ਭਰਾ ਇੱਥੇ ਰਹਿੰਦੇ ਨੇ ਮਹੱਲਾ ਜਲਾਕੜੀ ਜਿਹਨੂੰ ਕਬੀਰ ਨਗਰ ਵੀ ਕਹਿੰਦੇ ਆ ਮਹੱਲੇ ਨੂੰ ਹਾਂਜੀ ਹੈ ਜਲਾਕੜੀ ਹੈ ਅਤੇ ਇਹ ਰੇਲਵੇ ਰੋਡ ਹੈ ਜੀ ਅਤੇ ਰਾਤੀ ਛਾਤੀ ਪਰ ਗਏ ਸੀ ਰਾਤੀ ਅਸੀਂ ਆਏ ਹਾਂ ਗੱਡੀ ਲੈ ਕੇ ਇੱਥੇ ਲਾਈ ਹੈ ਇੱਥੇ 9 ਵਜੇ ਸਾਢੇ 5 ਵਜੇ ਲਾਈ ਹੈ ਅਤੇ ਉਹਦੇ ਬਾਅਦ ਚਲੋ ਫਿਰ ਰੈਸਟ ਸ਼ੁਰੂ ਕਰਨ ਦੀ ਸੋਹਣਾ ਸੋਹਣਾ ਹੁੰਦਾ ਸਵੇਰੇ ਚਲੋ ਘਰ ਤੋਂ ਉੱਠੇ ਤਾਂ ਗੱਡੀ ਨਹੀਂ ਹੈਗੀ ਇੱਥੇ ਤੋ ਸਵੇਰੇ ਫਿਰ ਅਸੀਂ ਥਾਣੇ ਪਰਚਾ ਦਿੱਤਾ ਸੀ ਅਤੇ ਪੁਲਿਸ ਆਈ ਸੀ ਤੋ ਕਹਿਣ ਦਾ ਮਤਲਬ ਇੱਥੇ ਨਾ ਤਕਰੀਬਨ ਇੱਥੇ ਪੁਲਿਸ ਚਾਹੀਦੀ ਹੈ ਇਸ ਰੋਡ ਦੇ ਵਿੱਚ ਚਿੱਟਾ ਪੰਗ ਸ਼ਰਾਬ ਜੂਆ ਸ਼ਰੇਆਮ ਹੁੰਦਾ ਇੱਥੇ ਕੋਈ ਜੜ ਕੇ ਪ੍ਰਸ਼ਾਸਨ ਦਾ ਕੋਈ ਇੱਥੇ ਖਿਆਲ ਨਹੀਂ ਹੈਗਾ ਇਸ ਰੋਡ 'ਤੇ ਅਤੇ ਅਸੀਂ ਮਿਹਰਬਾਨੀ ਇਹੋ ਕਰਦੇ ਹਾਂ ਪ੍ਰਸ਼ਾਸਨ ਵੀ ਜਿੱਦਾਂ ਵੀ ਆਇਆ ਨੂੰ ਥੋੜ੍ਹਾ ਜਿਹਾ ਰੋਕਥਾਮ ਪਾਇਆ ਜਾਏ ਅਤੇ ਇਹ ਜਿਹੜੀ ਚੋਰੀ ਦਾ ਵਾਰਦਾਤ ਨਹੀਂ ਹੁੰਦੀ ਆ ਇੱਧਰ ਕੋਈ ਆਉਂਦਾ ਹੀ ਕੋਈ ਨਹੀਂ ਇੱਧਰ ਕੋਈ ਪ੍ਰਸ਼ਾਸਨ ਇੱਧਰ ਕੋਈ ਆਉਂਦਾ ਹੀ ਨਹੀਂ ਹੈਗਾ ਕਿੰਨੀ ਕੀਮਤ ਹੋਏਗੀ ਗੱਡੀ ਤੁਹਾਡੇ ਸਾਹਮਣੇ ਗੱਡੀ ਦੀ ਕੀਮਤ ਜੀ ਇਸ ਵੇਲੇ ਮੈਂ 60,000 ਦੀ ਲੈ ਗਈ 60-70-80,000 ਦੀ ਹੈ ਹੀ ਇਸ ਵੇਲੇ ਕੀਮਤ ਅਤੇ ਅਸੀਂ ਹੁਣ ਮੰਗ ਕਰ ਰਹੇ ਹਾਂ ਸਾਡੀ ਗੱਡੀ ਮਿਲ ਜਾਏ ਚਲੋ ਕੋਈ ਨਾ ਬਾਕੀ ਜਿਹੜੇ ਚੋਰ ਚਰਕੇ ਥੋੜ੍ਹਾ ਸਜ਼ਾ ਮਿਲਣੀ ਚਾਹੀਦੀ ਹੈ ਔਰ ਇਹੋ ਜਿਹਾ ਕੰਮ ਨਾ ਦੁਬਾਰਾ ਹੋਏ ਆਹ ਫੋਟੋ ਆਈ ਹੈ ਪਿੱਛੇ ਇੱਧਰ ਦੇਖੀ ਹੈ ਜੀ ਕੈਮਰਾ ਲੱਗਿਆ ਸਟੇਸ਼ਨ ਪਾਸੇ ਅਤੇ ਹੁਣ ਇਹ ਗਏ ਨਾ ਪੁਲਿਸ ਵਾਲੇ ਕੈਮਰਾ ਦਿਖ ਰਹੇ ਨਾ ਔਰ ਫੋਟੋ ਆ ਗਈ ਹੈ 9:10 ਅਤੇ 10 ਮਿੰਟ ਦਾ ਟਾਈਮ ਉਹਦੇ 'ਚ ਆਇਆ ਕਹਿੰਦੇ 9:55 ਦਾ ਟਾਈਮ ਆਇਆ 'ਚ ਅਤੇ ਅਸੀਂ ਕਹਿਣਾ ਚਲੋ ਜਿੱਦਾਂ ਵੀ ਆ ਉਹ ਮਿਲਣੀ ਚਾਹੀਦੀ